ਵਾਹਿਗੁਰੂ ਜੀ ਕੀ ਫਤਿਹ। ਅਸੀਂ ਸੰਗਤਾਂ ਨੂੰ ਇਹ ਸੁਚੇਤ ਕਰਨਾ ਚਾਹੁੰਦੇ ਹਾਂ ਕਿ ਮੇਰੇ ਨਾਲ ਖੜੇ ਆ ਭਾਈ ਰੁਪਿੰਦਰ ਸਿੰਘ ਜੀ ਤੇ ਭਾਈ ਜਸਵਿੰਦਰ ਸਿੰਘ, ਉਹਨਾਂ ਦੇ ਸਤਿਕਾਰਯੋਗ ਪਿਤਾ ਦਰਸ਼ਨ ਸਿੰਘ ਜੀ, ਜਿਹੜਾ ਇਸ ਪ੍ਰਸ਼ਾਸਨ ਨੇ ਇਸ ਪਰਿਵਾਰ ਗੁਰਸਿੱਖ ਪਰਿਵਾਰ ਦੇ ਉੱਪਰ ਧੱਬੇ ਲਾਏ ਆ ਉਹ ਬਿਲਕੁਲ ਨਜਾਇਜ਼ ਹੈ। ਪ੍ਰਸ਼ਾਸਨ ਕਹਿੰਦਾ ਹੈ ਕਿ ਬੱਚਿਆਂ ਨੇ ਰੁਪਿੰਦਰ ਸਿੰਘ ਨੇ 5-7 ਮਹੀਨੇ ਪਹਿਲਾਂ ਅੰਮ੍ਰਿਤ ਛਕਿਆ, ਜਦਕਿ 10-12 ਸਾਲ ਅੰਮ੍ਰਿਤ ਛਕਣ ਨੂੰ ਹੋ ਚੁੱਕਿਆ। ਕਹਿਣ ਤਾਂ ਭਾਵ ਬਚਪਨ ਤੋਂ ਹੀ ਅੰਮ੍ਰਿਤ ਛਕਿਆ, ਕਿਉਂਕਿ 20 ਸਾਲ ਦੀ ਉਮਰ ਹੈ, 12 ਸਾਲ ਅੰਮ੍ਰਿਤ ਛਕਣ ਹੋ ਗਏ ਆ ਭਾਈ ਰੁਪਿੰਦਰ ਸਿੰਘ ਦੇ ਨੂੰ। ਇਸ ਕਰਕੇ ਉਹਨਾਂ ਨੇ ਜਿਹੜਾ ਇਹ ਕਾਲਖ ਮਿਲੀ ਹੈ ਕਿ ਰੁਪਿੰਦਰ ਸਿੰਘ ਨੇ ਹੀ ਇਹ ਮਹਾਰਾਜ ਸਰੂਪ ਚੁਰਾਏ ਔਰ ਉਸ ਤੋਂ ਬਾਅਦ ਅੰਗ ਪਾੜੇ, ਇਹ ਬਿਲਕੁਲ ਗਲਤ ਗੱਲ ਹੈ। 1 ਜੂਨ ਦੀ ਗੱਲ ਹੈ ਜਿਸ ਦਿਨ ਬੁਰਜ ਜਵਾਹਰ ਸਿੰਘ ਵਾਲਾ ਤੋਂ ਮਹਾਰਾਜ ਸਰੂਪ ਚੋਰੀ ਹੁੰਦੇ ਆ, ਉਸ ਦਿਨ ਤੋਂ ਲੈ ਕਰਕੇ ਰੁਪਿੰਦਰ ਸਿੰਘ ਉਹ ਛਾਣਬੀਣ ਦੇ ਵਿੱਚ ਹੈ ਕਿ ਉਹ ਦੋਸ਼ੀ ਕਿੱਥੇ ਹੈ ਜਿਨ੍ਹਾਂ ਨੇ ਮਹਾਰਾਜ ਸਰੂਪ ਚੋਰੀ ਕੀਤੇ ਹੈ। ਔਰ ਬਗਰਾੜੀ ਦੇ ਕਾਂਡ ਤੱਕ ਜਦੋਂ ਮਹਾਰਾਜ ਦੇ ਪੱਤਰੇ ਪਾੜ ਜਾਂਦੇ ਆ, ਬਗਰਾੜੀ ਤੋਂ ਸ਼ੁਰੂ ਹੋ ਕਰਕੇ ਗੋਲੀਆਂ ਵੱਜਣ ਤੱਕ ਰੁਪਿੰਦਰ ਸਿੰਘ ਵਿੱਚ ਹੈ। ਇਸ ਕਰਕੇ ਜਿਹੜੀ ਇਹਨਾਂ ਰਿਕਾਰਡਿੰਗ ਸੁਣਾਈ ਹੈ, ਜਿਹੜੀ ਪ੍ਰਸ਼ਾਸਨ ਨੇ ਦੁਨੀਆ ਦੇ ਸਾਹਮਣੇ ਰਿਕਾਰਡਿੰਗ ਲਿਆਂਦੀ ਹੈ ਕਿ ਰੁਪਿੰਦਰ ਸਿੰਘ ਪੱਤਰਾਂ ਦੀ ਗੱਲ ਕਰ ਰਿਹਾ, ਖਾਲਸਾ ਜੀ ਉਹ ਇਹ ਨਹੀਂ ਹੈ ਕਿ ਰੁਪਿੰਦਰ ਸਿੰਘ ਨੇ ਪੱਤਰੇ ਪਾੜ ਕੇ ਤੇ ਦੂਸਰੇ ਸਰੂਪ ਨੂੰ ਛਪਾਉਣ ਦੀ ਗੱਲ ਕਰ ਰਿਹਾ। ਉਹ ਤੇ ਜਥੇਬੰਦੀਆਂ ਨੇ ਭਾਈ ਰੁਪਿੰਦਰ ਸਿੰਘ ਨੂੰ ਇੱਕ ਸਿਆਣਾ ਤੇ ਸੁਚੇਤ ਨੌਜਵਾਨ ਸਮਝਦਿਆਂ ਹੋਏ ਆ, ਜਿਹੜੇ ਮਹਾਰਾਜ ਦੇ ਅੰਗ ਨੁਕਸਾਨੇ ਗਏ ਸਨ, ਪਾਲਕੀ ਵਿੱਚ ਸੁਸ਼ੋਭਿਤ ਸਨ ਔਰ ਉਸ ਦਿਨ ਚੌਂਕ ਦੇ ਵਿੱਚ ਬਿਰਾਜਮਾਨ ਸਨ, ਉਹਨਾਂ ਅੰਗਾਂ ਨੂੰ ਸੰਭਾਲਣ ਵਾਸਤੇ ਜਥੇਬੰਦੀਆਂ ਨੇ ਡਿਊਟੀ ਭਾਈ ਰੁਪਿੰਦਰ ਸਿੰਘ ਦੀ ਲਾਈ ਕਿ ਕਿਸੇ ਮਹਿਫੂਜ਼ ਜਗ੍ਹਾ ਦੇ ਉੱਪਰ ਇਹ ਅੰਗ ਪਹੁੰਚਾਏ ਜਾਣ, ਕਿਉਂਕਿ ਸਾਨੂੰ ਲੱਗ ਰਿਹਾ ਸੀ ਦਾਸ ਉਸ ਵਕਤ ਕੋਲੇ ਸੀ ਜਦੋਂ ਡਿਊਟੀ ਲੱਗੀ ਹੈ ਭਾਈ ਰੁਪਿੰਦਰ ਸਿੰਘ ਦੀ। ਇਸ ਕਰਕੇ ਸਾਨੂੰ ਲੱਗ ਰਿਹਾ ਸੀ ਕਿ 2-3 ਹਜ਼ਾਰ ਪੁਲਿਸ ਵਾਲਾ ਪਹੁੰਚ ਚੁੱਕਿਆ, ਉਹਨਾਂ ਨੇ ਜਿਹੜਾ ਸਾਡੇ ਤੇ ਲਾਠੀਚਾਰਜ ਕਰਨਾ ਔਰ ਜਿਹੜੇ ਮਹਾਰਾਜ ਦੇ ਸਰੂਪ ਹੈ, ਮਹਾਰਾਜ ਦੇ ਜਿਹੜੇ ਅੰਗ ਹੈ, ਉਹਨਾਂ ਨੇ ਆਪਣੀ ਕਸਟਡੀ ਵਿੱਚ ਕਰ ਲੈਣੇ ਆ, ਜਿਹਦੇ ਕਰਕੇ ਰੁਪਿੰਦਰ ਸਿੰਘ ਦੀ ਡਿਊਟੀ ਲਗਾਈ ਗਈ ਕਿ ਉਹ ਅੰਗ ਸਹੀ ਜਗ੍ਹਾ ਤੇ ਪਹੁੰਚਾਏ ਜਾਣ। ਤੇ ਉਹ ਰੁਪਿੰਦਰ ਸਿੰਘ ਨੇ ਪਹੁੰਚਾਏ, ਭਾਈ ਬੇਅੰਤ ਸਿੰਘ ਦੇ ਘਰ ਉਹ ਅੰਗ ਪਹੁੰਚੇ ਔਰ ਬੇਅੰਤ ਸਿੰਘ ਤੋਂ ਅੰਗ ਜਿਹੜੇ ਆ ਭਾਈ ਪੰਥਪ੍ਰੀਤ ਸਿੰਘ ਦੇ ਜ਼ਰੀਏ ਪ੍ਰਸ਼ਾਸਨ ਤੱਕ ਪਹੁੰਚੇ। ਇਹਨਾਂ ਨੇ ਪੁੱਛ ਪੜਤਾਲ ਜਿਹੜਾ ਪੜਤਾਲ ਕਰਨ ਵਾਸਤੇ ਤੇ ਸੱਦਿਆ ਰੁਪਿੰਦਰ ਸਿੰਘ ਨੂੰ, ਤਾਂ ਸੀ ਕਿ ਅੰਗ ਉਹ ਕਿੱਥੇ ਹੈ, ਅੰਗ ਉਹਨਾਂ ਨੂੰ ਮਿਲ ਗਏ ਹੈ। ਉਹਨਾਂ ਨੇ ਅਗਾਂਹ ਦੀ ਗਾਂ ਉਹ ਜਿਹੜੀ ਟੇਪ ਹੈ ਉਹਦੀ ਕੱਟ ਵੱਟ ਕਰਕੇ ਭਾਈ ਰੁਪਿੰਦਰ ਸਿੰਘ ਦੇ ਸਾਰੇ ਦਾ ਸਾਰਾ ਕੇਸ ਮੜ ਦਿੱਤਾ ਹੈ ਔਰ ਭਾਈ ਜਸਵਿੰਦਰ ਸਿੰਘ ਜੀ ਜਿਹੜੇ ਨਰੋਲ ਇੱਕ ਜਿਹੜਾ ਨਿੱਜੀ ਜੀਵਨ ਜਿਉਣ ਵਾਲੇ ਗੁਰਸਿੱਖ ਹੈ, ਉਹਨਾਂ ਦੇ ਜਿਹੜੇ ਭਰਾਤਾ ਹੈ ਟੋਫੀਆਂ ਵੇਚ ਕੇ ਦੁਕਾਨਾਂ ਤੇ ਵੇਚ ਕੇ ਉਹ ਆਪਦਾ ਜਿਹੜਾ ਕਾਰੋਬਾਰ ਕਰਦੇ ਆ। ਇਸ ਕਰਕੇ ਇਹ ਸਾਰੇ ਦਾ ਸਾਰਾ ਦੋਸ਼ ਨਜਾਇਜ਼ ਮੜਿਆ ਗਿਆ ਔਰ ਮੈਂ ਬੇਨਤੀ ਕਰਨਾ ਚਾਹੁੰਦਾ, ਜੇਕਰ ਭਾਈ ਰੁਪਿੰਦਰ ਸਿੰਘ ਨੂੰ ਜੇਕਰ ਕੋਈ ਸਜ਼ਾ ਮਿਲਦੀ ਹੈ, ਅਸੀਂ ਸਾਰੇ ਦੇ ਸਾਰਾ ਹੋਵੇ ਜਾਂ ਨਾ ਹੋਵੇ, ਪਰ ਮੈਂ ਇਸ ਗੱਲ ਦਾ ਗਵਾਹ ਦਿੰਦਾ ਕਿਉਂਕਿ ਮੇਰੇ ਸਾਹਮਣੇ ਡਿਊਟੀ ਰੁਪਿੰਦਰ ਸਿੰਘ ਦੀ ਲੱਗਦੀ ਹੈ। ਜੇਕਰ ਨਿਰਦੋਸ਼ ਆ ਉਹ ਤੇ ਕੇਸ ਮਰਿਆ ਜਾਂਦਾ, ਅਸੀਂ ਕਹਿੰਦੇ ਸਾਡੇ ਤੇ ਵੀ ਉਹ ਕੇਸ ਪਾਓ, ਕਿਉਂਕਿ ਜੇਕਰ ਨਜਾਇਜ਼ ਹੀ ਪਾਉਣੇ ਆ ਤੇ ਸਾਡੇ ਤੇ ਵੀ ਪਾ ਦਿਓ। ਇਸ ਕਰਕੇ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਖਾਲਸਾ ਜੀ, ਇਹ ਸਰਕਾਰ ਨੇ ਇਹਨਾਂ ਦੇ ਪਾਸੋਂ ਦੋਸ਼